ਫਾਜ਼ਿਲਕਾ ਦੀ ਭਾਰਤ ਪਾਕਿਸਤਾਨ ਸਰਹੱਦ ਉੱਤੇ ਫਾਜ਼ਿਲਕਾ ਦੀ CIA ਸਟਾਫ ਪੁਲਿਸ ਨੇ ਛਾਪਾ ਮਾਰ ਕੇ ਡਰੋਨ ਜ਼ਰੀਏ ਪਾਕਿਸਤਾਨ ਤੋਂ ਆਈ ਕਰੋੜਾਂ ਦੀ ਹੀਰੋਇਨ ਬਰਾਮਦ ਕੀਤੀ ਹੈ, ਜਿਸ ਦੇ ਵਿੱਚ 2 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਫਾਜ਼ਿਲਕਾ ਦੇ SSP ਭੁਪਿੰਦਰ ਸਿੰਘ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੇ ਕੋਲੋਂ 2 ਕਿਲੋ 105 ਗ੍ਰਾਮ ਹੀਰੋਇਨ ਬਰਾਮਦ ਹੋਈ ਹੈ, ਜੋ ਪਿੰਡ ਨੂਰਸ਼ਾਂ ਦੇ ਖੇਤਰ ਦੇ ਵਿੱਚ ਡਰੋਨ ਜ਼ਰੀਏ ਮੰਗਵਾਈ ਗਈ ਸੀ। ਦੱਸਿਆ ਜਾ ਰਿਹਾ ਕਿ ਫੜੇ ਗਏ ਮੁਲਜ਼ਮਾਂ ਦੇ ਵਿੱਚ ਇੱਕ ਵਿਅਕਤੀ ਦਾ ਬੇਟਾ ਜੇਲ੍ਹ ਦੇ ਵਿੱਚ ਹੈ, ਜਿਸ ਵੱਲੋਂ ਇਹ ਖੇਪ ਮੰਗਵਾਈ ਗਈ ਸੀ। ਸਾਡੇ SPD ਸਾਹਿਬ, ਸੰਗਾ ਸਾਹਿਬ, DSP ਸਾਹਿਬ ਤੇ ਸਾਡੀ ਖਾਸ ਟੀਮ ਜਿਹੜੀ ਸਪੈਸ਼ਲ CA ਇੰਚਾਰਜ, ਇਹਨਾਂ ਵੱਲੋਂ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ, ਜਿਹੜੀ ਸਾਡੇ ਪੰਜਾਬ ਸਰਕਾਰ ਦੇ DGP ਸਾਹਿਬ ਦੇ ਹੁਕਮਾਂ ਅਨੁਸਾਰ, ਸਾਡੇ DIG ਸਾਹਿਬ ਦੇ ਹੁਕਮਾਂ ਅਨੁਸਾਰ ਅਸੀਂ ਇਹਦੇ ਨਸ਼ੇ ਦੇ ਖਿਲਾਫ ਮੁਹਿੰਮ ਚਲਾਈ ਹੋਈ ਹੈ। ਉਸ ਦੌਰਾਨ ਬੜੀ ਵੱਡੀ ਸਫਲਤਾ ਹਾਸਲ ਹੋਈ ਹੈ, ਜਦੋਂ ਸਾਡੇ CA ਇੰਚਾਰਜ ਦੀ ਟੀਮ ਅਤੇ ਇਹਨਾਂ ਨੇ 2 ਕਿਲੋ ਤੇ 105 ਗ੍ਰਾਮ ਹੀਰੋਇਨ ਬਰਾਮਦ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਅਤੇ 2 ਬੰਦੇ ਅਰੈਸਟ ਕੀਤੇ ਆ, ਉਹਨਾਂ ਤੋਂ 2 ਕਿਲੋ 105 ਗ੍ਰਾਮ ਹੀਰੋਇਨ ਅਤੇ ਨਾਲ ਇੱਕ ਮੋਟਰਸਾਈਕਲ ਹੀਰੋ ਡੀਲਕਸ PB04W8226 ਉਹ ਵੀ ਨਾਲ ਬਰਾਮਦ ਕੀਤਾ ਹੈ। ਅਤੇ ਇਹ ਜਿਹੜੇ ਇਹਨਾਂ ਤੋਂ ਇਹਨਾਂ ਨੇ ਜਿਹੜੀ ਇਹਨਾਂ ਦਾ ਨਾਕਾ ਲਾਇਆ ਹੋਇਆ ਸੀਗਾ ਪਿੰਡ ਹਸਤਾ ਕਲਾਂ ਨੂਚਾ ਤੋਂ ਅੱਗੇ ਜਿਹੜੀ ਸੇਮਨਾਲੇ ਦੇ ਕੋਲ ਜਿਹੜਾ ਉਹ ਏਰੀਆ ਉੱਥੇ ਨਾਕਾ ਲਾਇਆ ਹੋਇਆ ਸੀ। ਇਹਨਾਂ ਨੇ ਇਨਫੋਰਮੇਸ਼ਨ ਵੀ ਸੀਗੀ ਪਹਿਲਾਂ ਦੀ ਵੀ ਇਹ ਬੰਦੇ ਕੰਮ 'ਚ ਹੈਗੇ ਆ ਰਸਤੇ 'ਤੇ, ਉੱਥੇ ਨਾਕੇ ਦੌਰਾਨ ਇੱਥੇ ਇਹ ਬੰਦੇ ਕਾਬੂ ਕਰਨ ਵਿੱਚ ਸਫਲਤਾ ਹਾਸਲ ਹੋਈ। ਇਹ ਪਾਕਿਸਤਾਨ ਤੋਂ ਨਹੀਂ, ਅਸਲਾ ਕੋਈ ਨਹੀਂ ਬਰਾਮਦ ਹੋਇਆ, ਬਾਕੀ ਪੁੱਛਗਿੱਛ ਚੱਲ ਰਹੀ ਹੈ, ਜੋ ਹੋਰ ਵੀ ਕੁਛ ਇਹਨਾਂ ਤੋਂ ਬਰਾਮਦਗੀ ਦੀ ਆਸ ਹੈ। ਕੁਝ ਪਤਾ ਲੱਗਿਆ ਸਰ, ਹੀਰੋਇਨ ਮੰਗਵਾਈ ਕਿਵੇਂ ਗਈ? ਇਹ ਮੋਸਟ ਪ੍ਰੋਬਬਲੀ ਜਿਹੜੀ ਪੁੱਛਗਿੱਛ ਤੱਕ ਹੁਣ ਤੱਕ ਪਤਾ ਲੱਗਿਆ ਵੀ ਡਰੋਨ ਨਹੀਂ ਹੈ। ਇਹ ਜੀ ਇੱਕ ਰਾਜ ਸਿੰਘ ਔਰ ਰਾਜੂ ਪੁੱਤਰ ਮੁਖਤਿਆਰ ਸਿੰਘ ਅਤੇ ਮਮਦੋੜ ਦਾ ਵਾਸੀ ਹੈ, ਫਿਰੋਜ਼ਪੁਰ ਜ਼ਿਲ੍ਹੇ ਦਾ, ਕਰੀਬ 28 ਸਾਲ ਉਮਰ ਹੈ ਇਹਦੀ। ਅਤੇ ਦੂਸਰਾ ਜਗਤਾਰ ਸਿੰਘ ਔਰ ਕਾਲਾ ਪੁੱਤਰ ਮੱਲ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਗੱਟੀ ਮੱਤਰ ਥਾਣਾ ਲੱਖੋ ਕੇ ਬਰਾਮ। ਸਰ ਖੇਪ ਨੂੰ ਲੈਣ ਆਏ ਸੀ ਜੀ, ਪਹੁੰਚੇ ਸੀ? ਹਾਂਜੀ ਹਾਂਜੀ, ਲੈਣ ਆਏ ਸੀ, ਪਹੁੰਚੇ ਸੀ। ਇਹ ਡਰੋਨ ਦਾ ਨਹੀਂ ਕੋਈ ਸਪੋਟ ਹੋਇਆ ਜਾਂ ਕੋਈ ਉਹਨੂੰ? ਨਹੀਂ, ਇਹ ਸਪੋਟ ਨਹੀਂ ਹੋਇਆ। ਅਤੇ ਇਹਦਾ ਜਿਹੜਾ ਜਿਵੇਂ ਸਾਨੂੰ ਇਹਨਾਂ ਦੀ ਪਹਿਲਾਂ ਵੀ ਇਨਫੋਰਮੇਸ਼ਨ ਸੀਗੀ ਵੀ ਇਹ ਬੰਦੇ ਇੰਡਲਜ ਕਰਦੇ ਸੀ ਚੀਜ਼ ਦੇ ਵਿੱਚ, ਅਤੇ ਹੁਣ ਨਾਕਾ ਇਸ ਏਰੀਏ ਦੇ ਵਿੱਚ ਗਸ਼ਤ ਵੀ ਵਧਾਈ ਹੋਈ ਸੀ, ਅਤੇ ਨਾਕਾ ਇਹਨਾਂ ਨੇ ਸਪੈਸ਼ਲ ਨਾਕਾ ਲਾਇਆ ਹੋਇਆ ਸੀ CAE ਵੱਲੋਂ, ਅਤੇ ਇਹਨਾਂ ਦੀ ਉਸ ਨਾਕਾਬੰਦੀ ਦੌਰਾਨ ਉਹ